ਦੇਖੋ ਕਾਹਮ ਇੱਕ ਨਰਾਸ਼ਤਾ ਦੇ ਆਲਮ ਚ ਹੀ ਅਸੀਂ ਅੱਜ ਜਿਹੜਾ ਇੱਥੇ ਪ੍ਰੋਗਰਾਮ ਦਿੱਤਾ ਉਹ ਨਰਾਸ਼ਤਾ ਦੇ ਆਲਮ ਚੋਂ ਕੱਢਣ ਵਾਸਤੇ ਦਿੱਤਾ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਸਮੇਤ ਉਹਨਾਂ ਦੇ 302 ਦਾ ਮਕਦਮਾ ਚਲਾਇਆ ਜਾਏ ਭਾਈ ਇਹਦੇ ਉੱਤੇ ਇੱਕ ਅਲਟੀਮੇਟਮ ਦਿੱਤਾ ਕਿ 15 ਫਰਵਰੀ ਤੱਕ ਅਸੀਂ ਤੁਹਾਨੂੰ ਸਮਾਂ ਦੇਦਦੇ ਹਾਂ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਜੋ ਵਾਦਾ ਸਾਡੇ ਨਾਲ ਬਰਗਾੜੀ ਮੋਰਚੇ ਦੀ ਸਟੇਜ ਤੋਂ ਕੀਤਾ ਗਿਆ ਉਹਨੂੰ ਪੂਰਿਆ ਕਰੋ ਨਹੀਂ ਤੇ ਅਸੀਂ ਅਗਲਾ ਸਟੈਪ ਬਰਗਾੜੀ ਮੋਰਚਾ ਚੁੱਕੇ ਜਾਣ ਤੋਂ ਬਾਅਦ ਸਿੱਖ ਕੌਮ ਦੀ ਨਿਰਾਸ਼ਾ ਨੂੰ ਠੰਡਾ ਪਾਉਣ ਲਈ ਜਾਂ ਅਗਲੀ ਰਣਨੀਤੀ ਤੈਅ ਕਰਨ ਲਈ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਪੰਜ ਮੈਂਬਰੀ ਕਮੇਟੀ ਬਣਾਈ ਉਸ ਕਮੇਟੀ ਦੇ ਮੈਂਬਰ ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ ਚੌੜਾ ਸਿੱਖ ਸੰਘਰਸ਼ ਦੇ ਆਗੂ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਜੀ ਜਿਹੜਾ ਅੱਜ ਦਾ ਇਕੱਠ ਸੀ ਤੁਹਾਡੇ ਅਨੁਸਾਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਪੈੜਾ ਛੱਡਦਾ ਖਤਮ ਹੋਇਆ ਵੇਖੋ ਆਪਾਂ ਜੋ ਇੱਥੇ ਮਤੇ ਪਾਸ ਕੀਤੇ ਨੇ ਜੋ ਐਲਾਨ ਕੀਤੇ ਨੇ ਉਹਨਾਂ ਵਾਸਤੇ ਸਾਨੂੰ ਕੌਮ ਦਾ ਰਿਸਪਾਂਸ ਮਿਲਿਆ ਕੌਮ ਦੇ ਚਕਾਰਿਆਂ ਦੀ ਗੂੰਜ ਨਾਲ ਉਹਨੂੰ ਪ੍ਰਵਾਨ ਕੀਤਾ ਸਾਡੇ ਸੱਦੇ ਦੇ ਉੱਤੇ ਕੌਮ ਦੇ ਨੁਮਾਇंदे ਇੱਥੇ ਹਾਜ਼ਰ ਹੋਏ ਇਸ ਕਰਕੇ ਜਿਹੜਾ ਅਗਲਾ ਪੜਾ ਲਿਖਿਆ ਉਹਦੀ ਸਫਲਤਾ ਦਾ ਸਾਨੂੰ ਪੂਰਨ ਵਿਸ਼ਵਾਸ ਹੈ ਕਿਹੜੇ ਕਿਹੜੇ ਜਿਹੜੇ ਮੁੱਖ ਮਤੇ ਕਹਿ دیے ਜਿਹੜੇ ਅੱਜ ਪੜੇ ਗਏ ਨੇ ਕਿਉਂਕਿ ਬੇਸ਼ੱਕ ਬਰਗਾੜੀ ਮੋਰਚੇ ਦੀਆਂ ਤਿੰਨ ਮੰਗਾਂ ਸੀ ਉਹ ਪੂਰੀ ਤਰ੍ਹਾਂ ਨਹੀਂ ਸੀ ਮੰਨੀਆਂ ਗਈਆਂ ਅੱਧ ਵਿਚਾਲੇ ਮੋਰਚਾ ਕੋਈ ਉਹਨੂੰ ਛੱਡ ਕੇ ਭੱਜ ਗਏ ਕਹਿ ਰਿਹਾ ਕੋਈ ਉਹਨੂੰ ਚੁੱਕਿਆ ਗਿਆ ਕਹਿ ਰਿਹਾ ਪਰ ਭਾਈ ਧਿਆਨ ਸਿੰਘ ਬੰਨ ਕੇ ਰਿਹਾ ਜੇ ਮੋਰਚਾ ਚੱਲ ਰਿਹਾ ਦੂਜਾ ਪੜਾ ਚੱਲੇਗਾ ਤੁਹਾਨੂੰ ਕੀ ਲੱਗਦਾ ਵੀ ਦੂਜਾ ਪੜਾ ਤੋੜਨਾ ਸੀ ਤਾਂ ਉਹ ਨਿਰਾਸ਼ਾ ਕਿਧਰ ਨੂੰ ਜਾਂਦੀ ਸੀ ਕੌਮ ਦੀ ਵੇਖੋ ਕੌਮ ਇੱਕ ਨਿਰਾਸ਼ਤਾ ਦੇ ਆਲਮ 'ਚ ਸੀ ਜੀ ਅਸੀਂ ਅੱਜ ਜਿਹੜਾ ਇੱਥੇ ਪ੍ਰੋਗਰਾਮ ਦਿੱਤਾ ਉਹ ਨਿਰਾਸ਼ਤਾ ਦੇ ਆਲਮ 'ਚੋਂ ਕੱਢਣ ਵਾਸ ਉਹਦੇ ਵਾ ਉਹਨਾਂ ਵਹੀ ਪੂਰਾ ਕਰਾਂਗੇ ਤੇ ਕੌਮ ਨੇ ਸਾਨੂੰ ਰਿਸਪਾਂਸ ਦਿੱਤਾ ਸਹਿਯੋਗ ਮਿਲ ਰਿਹਾ ਤੇ ਕੌਮ ਉਹਨੂੰ ਸਫਲ ਕਰਨ ਵਾਸਤੇ ਧੰਨਵਾਦ ਤੁਹਾਨਾਂ ਨਾਲ ਸ਼ਾਮਲ ਹੋਏਗੀ ਵਿੱਚ ਜੀ ਇਹ ਕਿਹੜੀਆਂ ਅੱਜ ਦੀਆਂ ਜਿਹੜੇ ਮੁੱਖ ਐਲਾਨ ਨੇ ਕਿਹੜੇ ਮਤੇ ਮੁੱਖ ਮਤੇ ਪਾਏ ਗਏ ਨੇ ਅੱਜ ਵੇਖੋ ਜਿਹੜੇ ਮਤੇ ਪਾਏ ਗਏ ਆ ਉਹ ਤੇ ਹੈਗੇ ਆ ਬਰਗਾੜੀ ਮੋਰਚੇ ਦੀਆਂ ਜਿਹੜੀਆਂ ਤਿੰਨ ਮੰਗਾਂ ਸੀ ਬੈਬਲ ਕਲਾਂਕ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸ਼ਮੀਲ ਸੈਣੀ ਸਮੇਤ ਉਹਨਾਂ ਤੇ 302 ਦਾ ਮਕਦਮਾ ਚਲਾਇਆ ਜਾਏ ਤੇ ਬਰਗਾੜੇ ਬਯਦਵੀ ਕਾਂਡ ਦੇ ਜਿਹੜੇ ਸ਼ਾਸਕਰ ਸ਼ਾਸਕਰੇ ਸਨ ਜਿਹਦੇ ਵਿੱਚ ਡੇਰਾ ਸਰਸਾ ਦੇ ਅਹਿਮ ਬੰਦੇ ਆਉਂਦੇ ਆ ਉਹਨਾਂ ਸਮੇਤ ਜਿਹੜੀ ਬਾਦਲ ਪਰਿਵਾਰ ਦੀ ਉਹਨਾਂ ਨੂੰ ਸਰਪ੍ਰਸਤੀ ਸੀ ਉਹ ਇਹਨਾਂ ਸਾਰਿਆਂ ਦੇ ਬਾਰੇ ਮਤੇ ਪਾਏ ਗਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਏ ਗਿਆ ਦੋ ਅਸੀਂ ਗੱਲਾਂ ਹੋ ਰਹਿਣ ਕੀਤੀਆਂ ਇੱਕ ਮੋਰ ਬੰਬ ਕਾਂਡ ਤੇ ਇੱਕ ਨਕੋਦਰ ਬਯਦਵੀ ਕਾਂਡ ਜਿਹੜਾ 1986 ਵਿੱਚ ਹੋਇਆ ਸੀ ਤੇ ਬਯਦਵੀ ਵਾਲੇ ਦੋਸ਼ੀਆਂ ਅ ਦੇ ਬਾਰੇ ਇੱਕ ਜਸਟਿਸ ਗਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਉਹ ਕਮਿਸ਼ਨ ਦੀ ਰਿਪੋਰਟ ਵੀ ਆਈ ਸੀ ਉਹ ਰਿਪੋਰਟ ਨੂੰ ਨਾ ਤਾਂ ਅਜ ਤੱਕ ਕਿਸ ਸਰਕਾਰ ਨੇ ਜਨਤਕ ਕੀਤਾ ਨਾ ਉਸ ਜਿਹੜੇ ਚਾਰ ਸਿੰਘ ਸ਼ਹੀਦ ਕੀਤੇ ਸੀ ਉਹਨਾਂ ਦੇ ਕਾਤਲਾਂ ਦੇ ਉੱਤੇ ਕੋਈ ਕੇਸ ਚਲਾਇਆ ਅਸੀਂ ਉਹ ਵੀ ਇਹ ਐਡ ਵਿੱਚ ਕੀਤੀ ਆ ਭਾਈ ਇਹਦੇ ਉੱਤੇ ਇੱਕ ਅਲਟੀਮੇਟਮ ਦਿੱਤਾ ਕਿ 15 ਫਰਵਰੀ ਤੱਕ ਅਸੀਂ ਤੁਹਾਨੂੰ ਸਮਾਂ ਦਿੰਦੇ ਆ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਜੋ ਵਾਅਦਾ ਸਾਡੇ ਨਾਲ ਬਰਗਾੜੀ ਮੋਰਚੇ ਦੀ ਸਟੇਜ ਤੋਂ ਕੀਤਾ ਗਿਆ ਉਹਨੂੰ ਪੂਰੀਆਂ ਕਰੋ ਨਹੀਂ ਤੇ ਅਸੀਂ ਅਗਲਾ ਸਟੈਪ ਜੇ 15 ਫਰਵਰੀ ਤੱਕ ਸਰਕਾਰ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਤੇ 302 ਦਾ ਜਿਹੜਾ ਤੁਸੀਂ ਪਰਚਾ ਕਹਿ ਰਹੇ ਹੋ ਜਾਂ ਉਹਨਾਂ ਦੇ ਕਾਰਵਾਈ ਕਿਸੇ ਵੀ ਤਰ੍ਹਾਂ ਦੀ ਨਹੀਂ ਕਰਦੀ ਕਿਸ ਤਰ੍ਹਾਂ ਦਾ ਸੰਘਰਸ਼ ਅੱਗੇ ਵਧ ਸਕਦਾ ਦੇਖੋ ਅਸੀਂ ਸਾਡੇ ਸੰਘਰਸ਼ ਦਾ ਪਹਿਲਾ ਸਟੈਪ ਅਸੀਂ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂਕਿ ਉਹਦੇ ਵਾਸਤੇ ਕੁਝ ਨਹੀਂ ਹੋਇਆ ਇਹ ਇਹ ਜਿਹੜੀਆਂ ਮੰਗਾਂ ਇਹਨਾਂ ਵਾਸਤੇ ਮਾੜਾ ਮੋਟਾ ਸਰਕਾਰ ਨੇ ਕੀਤਾ ਭਾਵੇਂ ਉਹਨਾਂ ਨੂੰ ਸੰਮਣ ਕੀਤਾ ਬਿਆਨ ਲਏ ਲੇਕਿਨ ਇਹ ਨਹੀਂ ਹਲੋ ਉਮੀਦ ਪਈ ਅੱਗੇ ਕੁਝ ਕਰੇਗੀ ਪਰ ਅਸੀਂ ਸਭ ਤੋਂ ਪਹਿਲਾ ਸਟੈਪ ਚੁੱਕਿਆ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਨਾਲ ਆਪਣਾ ਸਮਰਥਨ ਜਟਾਉਣ ਵਾਸਤੇ ਤੁਹਾਡਾ ਪਹਿਲਾ ਕਦਮ ਹੋਏਗਾ ਕਿ ਅਸੀਂ ਬੜੈਲ ਜੇਲ ਪਟਿਆਲਾ ਜੇਲ ਨਾਬਾ ਜੇਲ ਅੰਮ੍ਰਿਤਸਰ ਜੇਲ ਜਿੱਥੇ ਸਾਡੇ ਸਿੱਖ ਬੰਦੀ ਜਿਆਦਾ ਨੇ ਉਹਨਾਂ ਤੱਕ ਅਸੀਂ ਮਾਰਚ ਕਰਾਂਗੇ ਤੇ ਉੱਥੇ ਅਸੀਂ ਧਰਨਾ ਦੇਾਂਗੇ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੋਏਗਾ ਉਹਦਾ ਐਲਾਨ ਅਸੀਂ ਬਾਅਦ ਵਿੱਚ ਇੱਕ ਜ਼ਰੂਰੀ ਗੱਲ ਭਾਈ ਜਗਤਾਰ ਸਿੰਘ ਜੀ ਹਵਾਰਾ ਲੰਬੇ ਸਮੇਂ ਤੋਂ ਨਜ਼ਰਬੰਦ ਨੇ ਉਹਨਾਂ ਨੂੰ ਕੇਵਲ ਉਹਨਾਂ ਦੇ ਵਕੀਲ ਸਾਹਿਬ ਮਿਲਦੇ ਨੇ ਜਾਂ ਕੋਈ ਹੋਰ ਸਿਆਸੀ ਆਗੂ ਉਹਨਾਂ ਦੇ ਚਿੱਠੀਆਂ ਤੇ ਕਿਤਨੇ ਕਿਤੇ ਵਿਵਾਦ ਹੈ ਕਹਿ ਸਕਦਾ ਚਿੱਠੀਆਂ ਆਉਂਦੀਆਂ ਨੇ ਪਤਾ ਨਹੀਂ ਕੌਣ ਲੈ ਕੇ ਆਉਂਦੇ ਚਿੱਠੀਆਂ ਤੇ ਕੋਈ ਸਪਸ਼ਟਾ ਵੀ ਉਹਨਾਂ ਦੀਆਂ ਚਿੱਠੀਆਂ ਹੁੰਦੀਆਂ ਜਿਵੇਂ ਕੋਲ ਉਹਨਾਂ ਦੀਆਂ ਮੈਂ ਕਾਹੀ ਇਕੱਠੇ ਰਹੇ ਹਾਂ ਜੀ ਜੀ ਮੇਰੀ ਚਿੱਠੀ ਮੈਨੂੰ ਮੇਰੀ ਉਹਨਾਂ ਦੀ ਚਿੱਠੀ ਮੇਰੇ ਕੋਲ ਜੇਲ੍ਹ ਚ ਆਉਂਦੀ ਸੀ ਮੈਂ ਜੇਲ੍ਹ ਤੋਂ ਉਹਨਾਂ ਨੂੰ ਚਿੱਠੀ ਭੇਜ ਦਿੰਦਾ ਮੈਂ ਉਹਨਾਂ ਦੇ ਸਾਈਨ ਪਛਾਣਨਾ ਉਹਨਾਂ ਦੀ ਲਿਖਾਈ ਪਛਾਣਨਾ ਉਹਨਾਂ ਦੇ ਉਹ ਵੀ ਮੈਂ ਪਛਾਣਨਾ ਅਸੀਂ ਉਹਦੇ ਗੱਲ ਕਰ ਲੈਣੀ ਹੈ ਇੱਕ ਤਾਂ ਪਛਾਣ ਲੈਣੀ ਹੈ ਵੀ ਕਿਹਦੀ ਚਿੱਠੀ ਆ ਬਿਲਕੁਲ ਇਹ ਚਿੱਠੀਆਂ ਅਸਲੀ ਨੇ ਔਰ ਉਹਨਾਂ ਦੇ ਹੱਥਾਂ ਦੀਆਂ ਲਿਖੀਆਂ ਉਹਨਾਂ ਦੇ ਦਸਤਖਤਾਂ ਹੀਟ ਨੇ ਇਹਦੇ ਬਾਰੇ ਜਾਣ ਬੁਝ ਕੇ ਗਮਰਾਹ ਕਰਨਾ ਚਾਹੇ ਉਹਦੇ ਤੇ ਸ਼ੱਕ ਕਰਨਾ ਇਹ ਚੰਗੀ ਇੱਕ ਪੰਥਕ ਇਕਤਾ ਦਾ ਆਖਰੀ ਮੁੱਦਾ ਇੱਥੇ ਵੀ ਪੰਥਕ ਇਕਤਾ ਦੀ ਗੱਲ ਕੀਤੀ ਗਈ ਆ ਬਰਗਾੜੀ ਚ ਵੀ ਵਾਰ-ਵਾਰ ਪੰਥਕ ਇਕਤਾ ਦੀ ਗੱਲ ਸੀ ਬੇਸ਼ੱਕ ਉਹ ਤਿੰਨ ਜਥੇਦਾਰ ਆਪਸ ਵਿੱਚ ਆਡੋ ਪਾਟੀ ਹੋ ਗਏ ਨੇ ਉਹ ਬੇਸ਼ੱਕ ਕੋ ਲੱਖ ਰੁਪਏ ਦਾ ਰੌਲਾ ਹੋਵੇ ਜਾਂ ਕੋਈ ਹੋਰ ਰੌਲਾ ਹੋਵੇ ਇੱਕ ਅੱਜ ਇੱਥੋਂ ਐਲਾਨ ਹੋਇਆ ਵੀ ਪੰਥਕ ਇਕਤਾ ਲਈ ਕਮੇਟੀਆਂ ਬਣਾਈਆਂ ਜਾਣਗੀਆਂ ਨੌਜਵਾਨਾਂ ਨੂੰ ਇਕਜੁੱਟ ਕੀਤਾ ਜਾਏਗਾ ਭਾਈ ਬਲਦੇਵ ਸਿੰਘ ਵਡਾਲਾ ਵੀ 24 ਫਰਵਰੀ ਨੂੰ ਧਾਰੋਵਾਲ ਚ ਇਕੱਠ ਕਰ ਰਹੇ ਨੇ ਬੂਟਾ ਸਿੰਘ ਰਣਸੀ 23 ਫਰਵਰੀ ਨੂੰ ਇਕੱਠ ਕਰ ਰਹੇ ਨੇ ਸਾਰੀਆਂ ਆਪੋ ਆਪਣੀਆਂ ਜਿਹੜੀਆਂ ਗੱਡੀਆਂ ਭੁਜਾਰੇ ਨੇ ਪੰਥਕ ਇਕਤਾ ਕਿੰਸੀ ਹੋਏਗੀ ਕਿਸ ਤਰ੍ਹਾਂ ਸ਼ੁਰ ਏਕਤਾ ਉਹਨੂੰ ਕਿਹਾ ਜਾਂਦਾ ਜਿਹੜੇ ਪੰਥ ਨੂੰ ਸਮਰਪਤ ਨੇ ਤੇ ਜਿਹੜੇ ਧੜੇਬੰਦੀ ਨੂੰ ਸਮਰਪਤ ਨੇ ਉਹਨਾਂ ਬਾਰੇ ਅਸੀਂ ਕੋਈ ਗੱਲ ਨਹੀਂ ਕਰਨੇ ਅਸੀਂ ਕੌਮ ਨੂੰ ਕਹ ਲੱਦਤੀ ਆ ਕਿ ਧੜੇਬੰਦੀਆਂ ਤੋਂ ਸ਼ਖਸੀਅਤ ਟਕਰਾ ਤੋਂ ਈਰਖਾ ਬਾਜੀ ਤੋਂ ਸਤਾ ਦੀ ਲਾਲਸਾ ਤੋਂ ਲੀਡਰਸ਼ਿਪ ਦੀ ਲਾਲਸਾ ਤੋਂ ਉੱਪਰ ਉੱਠ ਕੇ ਧੜਿਆਂ ਜਥੇਬੰਦੀਆਂ ਦੇ ਦੈਰਿਆਂ ਵਿੱਚੋਂ ਬਾਹਰ ਨਿਕਲ ਕੇ ਗੁਰੂ ਪੰਥ ਨਾਲ ਲਾਮਬੰਦ ਹੋਵੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੇ ਮੁਤਾਬਕ ਗੁਰੂ ਸਰ ਜੀ ਮੇਰੀ ਪੀੜੀ ਦੀ ਸਮੇਲਤਾ ਵਾਲੀ ਰਾਜਨੀਤੀ ਕਰਨ ਲਈ ਅੱਗੇ ਆਉਂਦਾ ਅੱਜ ਇੱਥੇ ਇਕੱਠ ਸੀ ਬੜੀਆਂ ਅਹਿਮ ਸ਼ਖਸੀਅਤਾਂ ਬੇਸ਼ੱਕ ਹਾਜ਼ਰ ਸੀ ਇੱਥੇ ਨੌਜਵਾਨਾਂ ਨੇ ਆਵਾਜ਼ ਉਠਾਈ ਵੀ ਜਿਹੜੇ ਬਜ਼ੁਰਗ ਆ ਜਾਂ ਕਹਿ ਦਈਏ ਵੀ ਚੱਲੇ ਹੋਏ ਕਾਰਤੂਸ ਉਹਨਾਂ ਨੂੰ ਮੌਕਾ ਨਾ ਦਿਓ ਕਿ ਜਿਹੜਾ ਇਸ ਕਮੇਟੀ ਦੇ ਵੱਲੋਂ ਜਿਹੜੀ ਅਗਵਾਈ ਦਿੱਤੀ ਜਾਏਗੀ ਗਾਂ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਦੇ ਹੱਥ ਦਿੱਤੀ ਜਾਏਗੀ ਬਿਲਕੁਲ ਆਪਾਂ ਨੌਜਵਾਨਾਂ ਦੀਆਂ ਨੌਜਵਾਨਾਂ ਲਈ ਪ੍ਰੋਗਰਾਮ ਦਿੱਤਾ ਇੱਥੇ ਐਲਾਨ ਕੀਤਾ ਤੇ ਉਹਨਾਂ 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 ਕਮੇਟੀਆਂ ਦੇ ਵਿੱਚ ਲੈ ਕੇ ਆਉਣ ਵਾਲੇ ਸਮੇਂ ਦੀ ਲੀਡਰਸ਼ਿਪ ਉਹਨਾਂ ਦੇ ਕੋਲ ਆ ਸੋ ਐਸਨ ਭਾਈ ਨਰੈਨ ਸਿੰਘ ਜੀ ਚੋੜਾ ਜਿਨ੍ਹਾਂ ਨੂੰ ਭਾਈ ਜਗਤਾਰ ਸਿੰਘ ਜੀ ਹਵਾਰਾ ਨੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਨੁਮਾਇੰਦਾ ਥਾਪਿਆ ਤਾਂ ਕਿ ਆਉਣ ਵਾਲਾ ਜਿਹੜਾ ਸੰਘਰਸ਼ ਆ ਬਰਗਾੜੀ ਮੋਰਚੇ ਦੀ ਜਿਹੜੀ ਨਿਰਾਸ਼ਾ ਸੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਦਾ ਇਕੱਠ ਹੁੰਦਾ ਸੀ ਪਰ ਗੁਰੂ ਦੀ ਹਾਜ਼ਰੀ 'ਚ ਕਿਆ ਕੁਝ ਹੋਰ ਗਿਆ ਪਰ ਕੀਤਾ ਕੁਝ ਹੋਰ ਗਿਆ ਉਸ ਨਿਰਾਸ਼ਾ ਨੂੰ ਕਿਤੇ ਨ ਕਿਤੇ ਕਵਰ ਅਪ ਕਰ ਲਈ ਜਾਂ ਅਗਲੀ ਰਣਨੀਤੀ ਤੈਅ ਕਰਨ ਲਈ ਇਕੱਠ ਸੀ ਜਿਹੜਾ ਭਾਈ ਨਰੈਨ ਸਿੰਘ ਚੋੜਾ ਦੇ ਕਹਿਣ ਅਨੁਸਾਰ ਸਫਲ ਹੋਇਆ ਤੇ ਅੱਗੇ ਵੀ ਸਫਲਤਾ ਵੱਲ ਜਾਏਗਾ ਵੀਡੀਓ ਜਰਨਲਿਸਟ ਨਵਕੀਰ ਸਿੰਘ ਨਾਲ ਜਸਵੀਰ ਸਿੰਘ ਦਾ ਖਾਲਸ ਟੀਵੀ ਚੰਡੀਗ